ਸਟੈਪਿੰਗ ਸਟੋਨ ਪੀਐਸਐਲ ਪੰਜਾਬੀ ਰੀਡਰ 6A ਐਡਵਾਂਸ ਪੰਜਾਬੀ ਰੀਡਿੰਗ ਲੈਸਨ 1 ਜੀ ਆਇਆਂ ਨੂੰ ਅਮ ਇਸ ਸਾਲ ਅਸੀਂ ਇੱਕ ਕਮਨਾ ਕਰਾਂਗੇ ਕਿ ਅਸੀਂ ਪੰਜਾਬੀ ਦੇ ਵਿੱਚ ਰਵਾਨਗੀ ਟੈਸਟ ਕਰਾਂਗੇ ਤੁਸੀਂ ਇੰਗਲਿਸ਼ ਦੇ ਵਿੱਚ ਤੁਸੀਂ 150 ਤੋਂ ਲੈ ਕੇ 200 ਸ਼ਬਦ ਪੜ ਸਕਦੇ ਹੋ 1 ਮਿੰਟ ਦੇ ਵਿੱਚ ਤੁਸੀਂ ਪੰਜਾਬੀ ਵਿੱਚ ਕਿੰਨੇ ਸ਼ਬਦ ਪੜ ਸਕਦੇ ਹੋ ਕਦੀ ਤੁਸੀਂ ਟਾਈਮਿੰਗ ਕੀਤੀ ਹੈ ਜੇ ਨਹੀਂ ਕੀਤੀ ਤੇ ਇਸ ਸਾਲ ਅਸੀਂ ਟਾਈਮਿੰਗ ਕਰਾਂਗੇ ਤੇ ਤੁਸੀਂ ਕੋਸ਼ਿਸ਼ ਕਰਨਾ ਕਿ ਹਰ ਰੋਜ਼ ਤੁਸੀਂ 1 ਮਿੰਟ ਲਈ ਪੰਜਾਬੀ ਪੜੋਗੇ ਤੇ ਤੁਸੀਂ ਰੈਕਡ ਰੱਖੋਗੇ ਕਿ ਤੁਸੀਂ 1 ਮਿੰਟ ਵਿੱਚ ਕਿੰਨੀ ਪੰਜਾਬੀ ਪੜੀ ਕਿੰਨੇ ਸ਼ਬਦ ਪੜੇ ਦੇ ਵਿੱਚ ਰੋਜ਼ ਲਿਖੋ ਤਾਂ ਦੇਖੋ ਕਿ ਤੁਹਾਡੇ ਸ਼ਬਦ ਵੱਧਦੇ ਹੀ ਜਾਣਗੇ ਹਰ ਦਿਨ ਤੋਂ ਤੇ ਤੁਹਾਡੀ ਰਵਾਨਗੀ ਵੱਧਦੀ ਜਾਏਗੀ ਇੱਕ ਹੋਰ ਗੱਲ ਅਸੀਂ ਸਿੱਖਾਂਗੇ ਅੱਜ ਕਿ ਗ੍ਰੀਟਿੰਗ ਇੰਟਰੋਡਕਸ਼ਨ ਤੇ ਸਮਾਲ ਟਾਕ ਕਿਵੇਂ ਕਰਨੀ ਹੈ ਜਦੋਂ ਤੁਸੀਂ ਕਿਸੇ ਨੂੰ ਨਵੇਂ ਬੰਦੇ ਨੂੰ ਮਿਲੋਗੇ ਤਾਂ ਤੁਸੀਂ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਹਾਲਚਲ ਉਹਨਾਂ ਦਾ ਪੁੱਛੋਗੇ ਠੀਕ ਹੈ ਤੇ ਇਹ ਤਰੀਕੇ ਹੈਗੇ ਆ ਬੋਲਣ ਦੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਕਿੱਦਾਂ ਕੀ ਹਾਲ ਕੀ ਹਾਲਚਾਲ ਤੁਹਾਡਾ ਕੀ ਹਾਲ ਹੈ ਆਪਣੇ ਬਾਰੇ ਕੁਝ ਦੱਸੋ ਜੀ ਸੋ ਇਹ ਗੱਲਾਂ ਕਰਕੇ ਤੁਸੀਂ ਹਾਲਚਲ ਪੁੱਛ ਸਕਦੇ ਹੋ ਜਦੋਂ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ ਪੁੱਛੋਗੇ ਤੁਹਾਡਾ ਮਨਪਸੰਦ ਖਾਣਾ ਕਿਹੜਾ ਹੈ ਤੁਹਾਡੀ ਮਨਪਸੰਦ ਖੇਡ ਕਿਹੜੀ ਹੈ ਤੁਸੀਂ ਵੇਲੇ ਟਾਈਮ ਵਿੱਚ ਕੀ ਕਰਦੇ ਹੋ ਅੱਜ ਕੀ ਕਰ ਰਹੇ ਹੋ ਜਾਂ ਅੱਜ ਦਾ ਕੀ ਪ੍ਰੋਗਰਾਮ ਹੈ ਪਾਰਕ ਵਿੱਚ ਚਲੀਏ ਜਾਂ ਖੇਡਣ ਚਲੀਏ ਤੇ ਜਦੋਂ ਤੁਸੀਂ ਬਾਏ ਕਰਨਾ ਤਾਂ ਤੁਸੀਂ ਕਹਸਕਦੇ ਹੋ ਚੱਲ ਫਿਰ ਮਿਲਾਂਗੇ ਓਕੇ ਬਾਏ ਠੀਕ ਹੈ ਸੋ ਇਹ ਤੁਸੀਂ ਇੱਕ ਦੂਸਰੇ ਦੇ ਨਾਲ ਪ੍ਰੈਕਟਿਸ ਕਰੋਗੇ ਥੈਨ ਅਮ ਕਾਮਨ ਫਰੇਜ਼ਸ ਹੈਗੇ ਅਮ ਦੇ ਗ੍ਰੀਟਿੰਗਸ ਤੇ ਅਮ ਜਿਹੜੀ ਤੁਸੀਂ ਆਮ ਰੋਜ਼ ਗੱਲਾਂ ਵਰਤਦੇ ਆ ਰਾਈਟ ਜਿਵੇਂ ਤੁਸੀਂ ਇੰਗਲਿਸ਼ ਕਹਿੰਦੇ ਹੋ ਅਮ ਫਿਕਰ ਨਾ ਕਰ ਜਾਂ ਲਿਸਨ ਟੂ ਮੀ ਮੇਰੀ ਗੱਲ ਸੁਣ ਮੈਨੂੰ ਅਫਸੋਸ ਹੈ ਵਧਾਈਆਂ ਦੇਖ ਧਿਆਨ ਨਾਲ ਕਿਉਂ ਕਦ ਕਦੋਂ ਇਹ ਕਿਵੇਂ ਹੋਇਆ ਕੀ ਹੋਇਆ ਚਲ ਕੋਈ ਨਹੀਂ ਚਲ ਛੱਡ ਭੁੱਲ ਜਾ ਕੋਈ ਨਹੀਂ ਫਿਕਰ ਨਾ ਕਰ ਕੋਈ ਨਹੀਂ ਧਿਆਨ ਨਾਲ ਐਵੇਂ ਜੋ ਵੀ ਤੁਸੀਂ ਠੀਕ ਹੈ ਤੁਸੀਂ ਠੀਕ ਹੋ ਓਹੋ ਬਹੁਤ ਮਾੜਾ ਹੋਇਆ ਫਿਰ ਮਿਲਾਂਗੇ ਚਲ ਚਲੀਏ ਮੈਨੂੰ ਤੰਗ ਨਾ ਕਰ ਰਾਈਟ ਸੋ ਇਹ ਛੋਟੇ ਛੋਟੇ ਗੱਲਾਂ ਕਰਕੇ ਬੋਲ ਕੇ ਤੁਸੀਂ ਪੰਜਾਬੀ ਸਿੱਖਣੀ ਅਮ ਸ਼ੁਰੂ ਕਰੋਗੇ ਤੇ ਤੁਹਾਡਾ ਪੰਜਾਬੀ ਬੋਲਣ ਚ ਮਜ਼ਾ ਵੀ ਆਏਗਾ ਤੇ ਅਮ ਨੈਕਸਟ ਤੁਸੀਂ ਕਰੋਗੇ ਐਕਸਰਸਾਈਜ਼ ਕੇ ਇਹ ਇੰਗਲਿਸ਼ ਵਿੱਚ ਫਰੇਜ਼ਿਸ ਲਿਖੇ ਨੇ ਇਹ ਪੰਜਾਬੀ ਵਿੱਚ ਲਿਖੇ ਹੋਏ ਨੇ ਇਹਨਾਂ ਨੂੰ ਤੁਸੀਂ ਮੈਚ ਕਰਨਾ ਹੈ ਡੋਂਟ ਵਰੀ ਕਿਹੜਾ ਮਤਲਬ ਹੈ ਫਿਕਰ ਨਾ ਕਰ ਤੋ ਇੱਥੇ ਤੁਸੀਂ ਬੀ ਲਿਖ ਦਿੱਤਾ ਠੀਕ ਹੈ ਹੋਮਵਰਕ ਵਿੱਚ ਤੁਸੀਂ ਕੀ ਕਰੋਗੇ ਉਪਸ ਤੁਸੀਂ ਅ ਕਰੈਕਟ ਹੈਲਪਿੰਗ ਵਰਬ ਹੈ ਹਾਂ ਹਾਂ ਹਣ ਇਹਨਾਂ ਵਾਕਾਂ ਦੇ ਵਿੱਚ ਲਿਖੋਗੇ ਪੜ੍ਹ ਕੇ ਇਹਦੇ ਨਾਲ ਤੁਹਾਨੂੰ ਪੜਨਾ ਲਿਖਣਾ ਆ ਜਾਏਗਾ ਤੇ ਬੋਲਣਾ ਵੀ ਆ ਜਾਏਗਾ ਤੇ ਅ ਅਗਲੀ ਵਾਰੀ ਅਗਲੇ ਦਿਨ ਟਿਊਸਡੇ ਤੁਸੀਂ ਇਹ ਇੰਗਲਿਸ਼ ਦੇ ਫਰੇਜ਼ ਲਿਖੇ ਨੇ ਇੱਥੇ ਤੁਸੀਂ ਪੰਜਾਬੀ ਦੇ ਫਰੇਜ਼ ਲਿਖੋਗੇ ਤੇ ਵੈਨਸਡੇ ਨੂੰ ਤੁਸੀਂ ਪੰਜਾਬੀ ਦੇ ਨੰਬਰ ਗੁਰਮੁਖੀ ਦੇ ਨੰਬਰ ਤੁਸੀਂ ਪੜ੍ਹ ਕੇ ਤੇ ਇੱਥੇ ਉਹਨਾਂ ਨੂੰ ਕਾਪੀ ਕਰੋਗੇ ਠੀਕ ਹੈ ਸੋ ਇਹ ਸਾਡਾ ਹੈਗਾ ਲੈਸਨ ਨੰਬਰ 1 ਪੀਐਸਐਲ ਬੁੱਕ 6 ਇਹ ਦੇ ਵਿੱਚ ਤੇ ਤੁਹਾਨੂੰ ਮੈਂ ਲੈਸਨ ਨੰਬਰ 2 ਦੇ ਵਿੱਚ ਛੇਤੀ ਮਿਲਾਂਗੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ